नाम सुनील कुमार है, पिंड चगू वाला जी। मैं आंदा भाजी 10-15 साल हो गया। ये भाजी कच्ची मिट्टी ने तैयार किए जाते हैं। इनू किरण के गंढे पहले मिट्टी लियाई दी है, मुल लियाई दी है, मुली दे गोए आते हैं। मिट्टी को पहला भिवाया जाता है, सुकया जाता है, फिर इनू पैरों लतर के तो फिर इनू छोटे छोटे मिट्टी के जेहे आ गोल पिने बना के चक के उत्ते रखा जाता, तो फिर आके एक एक दीवा जरा तैयार किया जाता। कि समा लग जाता? समा भाजी मिट्टी पर डिपेंड आ, मिट्टी तैयार होने लगे काफ़ी टाइम लग जाता। जिनी जल्दी मिट्टी तैयार हो जाती उन्नी जल्दी दीवा जरा तैयार हो जाता। हाँ जी भाजी, हाँ जी, एक भट्ठी के भाजी 5-7 हज़ार दीवा जरा इकट्ठा का कट्ठा जरा इन पकई दा, जिदा कि भट्ठे के टप के पकाइया जाने। हाँ जी भाजी, जिदा मल जो 5-7 हज़ार दीवा कट्ठा चार दिए तो ये साडा फसल के तरह किसान हिसाब आ, मालक का हथ वास आ। जो मौसम सही रहे तो सही नहीं पक जाती है, जो मौसम खराब तो फसल का भी तुम्हें पता ही है तैस नैस हो जाती। यही हिसाब ही जो अग ज़्यादा हो जाए तो यदा सारे के सारे खराब भी हो सकते हैं, तो खराब भी काफ़ी ज्यादा निकल जाते हैं, तो जो मीडियम रहे तो फिर सही निकल आते हैं। नौजवान होने नाते यही काम क्यों सुने भाजी? अं पढ़े लिखे भी हाँ, ITI की आ, प्लस टू पास हाँ, मोटर मकैनिक का कोर्स भी किया सन 2013 का। लेकिन सरकार की वजह कारण की करिए कोई कारोबार मिलता नहीं पाया। कंपनियां जड़िया ने पंजाब है नहीं, इंडस्ट्री है नहीं, रुजगार वास्ते जरा किता कि है नहीं गा, नौकरी पेशा दे नहीं रही। सरकार कह दें हर वार की वार, लेकिन करती कुछ नहीं पी रही नौजवानों वास्ते। ਲੱਗਦਾ ਕਿ ਤੈਨੂੰ ਕਿਤੇ ਸਰਕਾਰ ਦੀ ਵੱਡੀ ਨਾਕਾਮੀ ਕਰਕੇ ਤੁਹਾਨੂੰ ਜੀਵੇ ਬਣਾਉਣੇ ਪੈ ਰਹੇ? ਹਾਂਜੀ ਬਿਲਕੁਲ, ਇਹ ਤੇ ਸਹੀ ਗੱਲ ਆ। ਕੀ ਅਪੀਲ ਕਰਨਾ ਚਾਹੋਗੇ ਆਮ ਲੋਕਾਂ ਨੂੰ, ਕਿਉਂਕਿ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਵਾ, ਦੀਵਿਆਂ ਲੋਕਾਂ ਦਾ ਰੁਝਾਨ ਘਟਦਾ ਜਾ ਰਿਹਾ ਵਾ, ਤੇ ਆਟੋਮੈਟਿਕ ਚੀਜ਼ਾਂ ਵੱਲ ਜਿਵੇਂ ਲੜੀਆਂ ਵਗੈਰਾ ਵੱਲ ਜਾ ਰਿਹਾ? ਦੇਖੋ ਜੀ, ਜਿੱਦਾਂ ਅਸੀਂ ਪਹਿਲਾਂ ਹੀ ਦੱਸਿਆ ਕਿ ਦੀਵਾ ਜਿਹੜਾ ਆ, ਦੀਵਾਲੀ ਜਿਹੜੀ ਆ, ਇਹ ਦੀਵੇ ਦੀ ਆ। ਲੋਕ ਆਪਣਾ ਜਿਹੜਾ ਪੁਰਾਤਨ ਇਤਿਹਾਸ ਹੈ ਭੁੱਲ ਚੁੱਕੇ ਨੇ। ਦੀਵਾਲੀ ਦਾ ਤਿਉਹਾਰ ਹੀ ਦੀਵੇ ਦੇ ਨਾਲ ਮਨਾਇਆ ਜਾਂਦਾ ਆ। ਚਾਈਨਾ ਦਾ ਲਾਈਟਾਂ ਹੋ ਗਈਆਂ, ਚਾਈਨਾ ਦੀਆਂ ਮਾਲਾ ਹੋ ਗਈਆਂ, ਜਿੰਨੀਆਂ ਮਰਜ਼ੀ ਵੀ ਘਰ ਦੇ ਵਿੱਚ ਅਸੀਂ ਜਗਾਲੀਏ, ਇਹਨਾਂ ਦੀ ਦੀਵਾਲੀ ਨਹੀਂ ਮਨਾਈ ਜਾ ਸਕਦੀ। ਇਹ ਤਾਂ ਇੱਕ ਫੈਸ਼ਨ ਹੋ ਗਿਆ ਨਾ, ਜਿੱਦਾਂ ਕਿ ਅਸੀਂ ਬੱਚੇ ਦੇ ਬਰਥਡੇ ਦੇ ਮਨਾ ਲਓ, ਕਈ ਲੜੀਆਂ ਟੰਗ ਦਿੰਦੇ, ਉਹੀ ਹਿਸਾਬ ਆ। ਸਮਝੋ ਕਿ ਤੁਸੀਂ ਆਪਣੇ ਬੱਚੇ ਦਾ ਬਰਥਡੇ ਕਰਦੇ, ਦੀਵਾਲੀ ਨਹੀਂ ਮਨਾ ਰਹੇ। ਦੀਵਾਲੀ ਜਿਹੜੀ ਆ ਇਹ ਦੀਵੇ ਦੀ ਆ, ਚਾਹੇ ਕੋਈ 10 ਦੀਵੇ ਜਗਾਏ, ਚਾਹੇ ਕੋਈ 15 ਜਗਾਏ, ਚਾਹੇ ਕੋਈ 1 ਜਗਾਏ। ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਕਿ ਦੀਵਾਲੀ ਜਿਹੜੀ ਆ ਉਹ ਦੀਵੇ ਦੀ ਆ, ਇਹਨੂੰ ਵੱਧ ਤੋਂ ਵੱਧ ਜਿਹੜੇ ਆ ਜਗਾਓ। ਆਪਣਾ ਭਾਜੀ ਗਾਉਣ ਵਜਾਉਣ ਦਾ ਵੀ ਸੌਂਗ ਹੈਗਾ, ਕਿਤੇ ਗਾ ਗੂ ਲਈਦਾ। ਕਬਰਾਂ ਵਿੱਚੋਂ ਬੋਲੀ ਮਾਏ, ਦੁੱਖ ਸੁੱਖ ਧੀ ਨਾਲ ਫੋਲੀ ਮਾਏ, ਆਵਾਂ ਤਾਂ ਮੈਂ ਆਵਾਂ ਮਾਏ, ਆਵਾਂ ਤਾਂ ਮੈਂ ਆਵਾਂ ਮਾਏ, ਆਵਾਂ ਕੇਰੇ ਚਾਵਾਂ ਨਾਲ, ਮਾਂ ਮੈਂ ਮੁਰ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ, ਮਾਂ ਮੈਂ ਮੁਰ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਠੀਕ ਹੈ, ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਕੰਮ ਕਰ ਰਹੇ, ਸਰਕਾਰ ਨੂੰ ਕੀ ਕਹਿਣਾ? ਬੇਰੁਜ਼ਗਾਰੀ ਸਰਕਾਰ ਨੂੰ ਤਾਂ ਇਹ ਕਹਿ ਸਕਦੇ ਹਾਂ ਵੀ ਬੇਰੁਜ਼ਗਾਰੀ ਖਤਮ ਕਰੋ ਜਿੰਨੀ ਜਲਦੀ ਹੋ ਸਕਦੀ ਆ, ਤਾਂ ਕਿ ਆਪਣਾ ਜੋ ਵੀ ਤੁਸੀਂ ਕੋਰਸ ਨਵੇਂ ਦਿੰਦੇ ਪਏ ਹੋ, ਬੱਚਿਆਂ ਨੂੰ ਗਾਈਡ ਕਰਦੇ ਪਏ ਹੋ ਇਹਨਾਂ ਨੂੰ, ਤਾਂ ਕਿ ਇਹਨਾਂ ਨੂੰ ਕੋਰਸ ਕਰਵਾ ਕੇ ਤਾਂ ਬੇਰੁਜ਼ਗਾਰ ਨਾ ਕਰੀ ਜਾਓ। ਇਹਨਾਂ ਨੂੰ ਇਹਨਾਂ ਦੇ ਕੀਤੇ ਹੋਏ ਕੋਰਸਾਂ ਦੇ ਬਾਰੇ ਜਿਹੜੀ ਆ ਰੁਜ਼ਗਾਰ ਜਿਹੜਾ ਆ ਇੰਡਸਟਰੀ ਲਿਆਓ, ਤਾਂ ਕਿ ਪੰਜਾਬ ਜਿਹੜਾ ਅੱਗੇ ਜਾ ਸਕੇ। ਜਸਵਿੰਦਰ ਸਿੰਘ ਜੀ, ਕਿਹੜਾ ਪਿੰਡ ਹੈ? ਪਿੰਡ ਚੱਗੂਵਾਲ ਜੀ। ਕਿੰਨੀ ਦੇਰ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਹੋਏ? 25 ਸਾਲ ਹੋ ਗਏ। ਪਹਿਲਾਂ ਨਾਲੋਂ ਤੇ ਹੁਣ ਨਾਲੋਂ ਕੀ ਫਰਕ ਆ? ਬਹੁਤ ਫਰਕ ਆ ਜੀ, ਬਹੁਤ। ਅੱਗੇ ਨੂੰ ਪਹਿਲੇ ਨੂੰ 90% ਕੰਮ ਘੱਟ ਗਿਆ ਦਾ ਜੀ, 10% ਸਿਰਫ ਦੀਵਾ ਜਗਦਾ। ਉਹਨੂੰ ਦੀਵੇ ਬਣਾਉਣ ਲਈ ਕੀ ਕੀ ਪ੍ਰੋਸੈਸ ਆ, ਕਿਵੇਂ ਬਣਾਉਂਦੇ ਹੋ ਦੀਵੇ? ਦੀਵੇ ਪਹਿਲੇ ਅਸੀਂ ਮਿੱਟੀ ਲਿਆਉਂਦੇ ਹਾਂ ਜੀ। ਕਿੱਥੋਂ ਲਿਆਉਂਦੇ ਮਿੱਟੀ? ਮਿੱਟੀ ਕਾਫੀ ਆਮ ਮਿੱਟੀ ਦੇ ਬਣਦੇ ਵੀ ਨਹੀਂ, ਚੀਕਣੀ ਮਿੱਟੀ ਲਿਆਉਣੀ ਪੈਂਦੀ ਆ, 2-4 ਕਿਲੋਮੀਟਰ ਦੂਰ। ਕੋਈ ਪੈਸਾ ਨਹੀਂ ਆ? ਉਹ ਮੋਲੀ ਪੈਲੀ ਜੀ, ਤੂੰ ਇੱਦਾਂ ਕੋਈ ਪੁੱਟਣ ਨਹੀਂ ਦੇਣੀ ਫ੍ਰੀ ਦੇ ਕੋਈ। ਫਿਰ ਅੱਗੇ ਕੀ ਕੀ ਕਰਨਾ ਪੈਂਦਾ? ਉਹ ਮਿੱਟੀ ਲਿਆ ਕੇ ਫਿਰ ਉਹਨੂੰ ਸੁਕਾਉਣਾ ਪੈਂਦਾ ਵਾ, ਸੁਕਾ ਕੇ ਕੁੱਟਣਾ ਪੈਂਦਾ, ਕੁੱਟ ਕੇ ਫਿਰ ਉਹਨੂੰ ਸਾਣ ਕੇ ਪਾਣੀ 'ਚ ਭਿਉਣੀ ਪੈਂਦੀ ਆ ਜੀ। ਭਿਉ ਕੇ ਫਿਰ ਉਹਨੂੰ ਪੈਰਾਂ ਨਾਲ ਗੋਣਾ ਪੈਂਦਾ, ਬਿਲਕੁਲ ਇੱਕ ਇੱਕ ਕਤਰਾ ਵਿੱਚ ਉਹਨੂੰ ਸਾਫ਼ ਕਰਕੇ, ਰੋੜ ਨਹੀਂ ਰਹਿਣ ਦੇਣਾ ਵਿੱਚ ਤੋਂ, ਫਿਰ ਉਹਨੂੰ ਚੱਕ ਦੇ ਉੱਪਰ ਰੱਖੀਦਾ ਵਾ, ਫਿਰ ਦੀਵਾ ਤਿਆਰ ਕਰੀਦਾ ਜੀ। ਕਿੰਨਾ ਸਮਾਂ ਲੱਗ ਜਾਂਦਾ ਇੱਕ ਦੀਵਾ ਤਿਆਰ ਹੋਣ ਨੂੰ?
वो मिट्टी बन बनावे पहले बनाई या फिर बाद च दीवा के टाइम तो लगना ही है उन्हें काफ़ी जी। गुरदासपुर जिले के लागे लागे जिन्हें पठानकोट मकेरिया तक इधर धारीवाल तक लागे लोकल दुकाना वाले लै जाते सीजन के हिसाब से अजकल दो महीने काम करी दीवे वो थोड़ी बहुत ही पहले नो हो जाती है पर उन्नी मेहनत नहीं मिलती जी पूरी। मेरे वालों जी आम लोगों यह संदेह है जी दीवे जेड़े वध तो वध जगाने चाहिए ने सानू अपनी पुरानी परंपरा भुलाना नहीं चाहिए जी। We are a multicultural network community. We groom competent global citizens to effect positive change around them.